after they go straight. Yes, yep. Yeah. Make sure it's shut. Otherwise, flip hit the car, you're in trouble. Yeah. Okay. ਦੇ ਵਿੱਚ ਇਹ ਰਿਵਾਜ਼ ਵੀ ਪੱਧਰਾ ਕਰ ਦਿਓ ਹਾਂਜੀ ਪੱਧਰਾ ਕਰ ਦਿਓ ਐਂ ਚੋ ਰੁੱਖ ਵੀ ਨਹੀਂ ਛੱਡੇ ਸਾਡੇ ਬਜ਼ੁਰਗਾਂ ਨੇ ਹੌਲੀ ਹੌਲੀ ਜਾਂਚ ਆਉਂਦੀ ਹੈ ਅਤੇ ਆਏ ਨੇ ਉਂਗਲ ਕਰਤੀ ਸੀ ਕਹਿੰਦਾ ਇੱਧਰ ਲਾ ਦਿਓ ਗੱਡੀ ਚਾਹ ਨਹੀਂ ਕੋਈ ਪਾਣੀ ਨਹੀਂ ਗੱਲ ਬਣਦੀ ਯਾਰ ਮੇਰੇ ਨਾਲ ਨੇ ਅੱਜ ਸਰਦਾਰ ਵਿੱਕੀ ਅਸੀਂ ਸੰਦੀਪ ਦਾ ਘਰ ਅੱਜ ਸ਼ਿਫਟ ਕਰਨਾ ਅਤੇ 8 ਵਜੇ ਦਾ ਟਾਈਮ ਸੀ ਬਟ ਅਸੀਂ ਅੱਧਾ ਘੰਟਾ ਲੇਟ ਹਾਂ ਇਹ ਵੀ ਸੰਦੀਪ ਕਰਕੇ ਹੀ ਕਿਉਂਕਿ ਉਸ ਰਾਤ ਉਹਨੂੰ ਫਿਰਦੇ ਸੀ ਅਤੇ ਜਦੋਂ ਅਗਲਾ ਅੱਜ ਕਹਿੰਦੇ ਨੇ ਵੀ ਜਿਹਨੇ ਬੁਲਾਉਣਾ ਹੈ ਕੋਈ ਘਰ ਨਾ ਮਿਲੇ ਸਹੀ ਗੱਲ ਸਹੀ ਗੱਲ ਫਿਰ ਅਸੀਂ ਕੀ ਕਰ ਸਕਦੇ ਹਾਂ ਫਿਰ ਅੱਗੋਂ ਅਸੀਂ ਵੀ ਟਲ ਗਏ ਤਾਂ ਕਰਕੇ ਜਿਹੜੇ ਅਸੀਂ ਲੇਟ ਚੱਲ ਰਹੇ ਉਹਦਾ ਕਾਰਨ ਸੰਦੀਪ ਸਿੰਘ ਹੀ ਹੈ ਸੰਦੀਪ ਸਿੰਘ ਮਾਹਰ ਹਾਂ ਅਤੇ ਐਨੀ ਹੋ ਅਸੀਂ ਪਹੁੰਚ ਗਏ ਹਾਂ ਬਸ 10 ਮਿੰਟ ਬਾਅਦ ਅਤੇ ਤੁਹਾਨੂੰ ਉਹਦੇ ਘਰ ਬਾਰੇ ਦਿਖਾਉਂਦੇ ਜਿਹੜਾ ਨਵਾਂ ਉਹਨੇ ਘਰ ਲਿਆ ਲਓ ਜੀ ਔਕਲੈਂਡ ਸ਼ਹਿਰ ਪਹੁੰਚ ਗਏ ਹਾਂ ਵਾਹ ਵੇ ਬੜੀ ਭੈਣ ਸਾਈਕਲ 'ਤੇ ਬੰਦੇ ਦੀ ਜਾਨ ਨਿਕਲ ਯਾਰ ਚੜ੍ਹਦੇ ਦੀ ਹੈ ਨਾ ਲਗਭਗ 20 ਫੁੱਟ ਵਾਂਗੂ ਐਂ ਹੋਣਾ ਯਾਰ ਹੈ ਨਾ ਥੱਲੇ ਹਾਂ ਆਰਾਮ ਨਾਲ ਦੇਖ ਲਓ ਵੀ ਦਰਸ਼ਕੋ ਆਪਣੇ ਮਤਲਬ ਹਰੇਕ ਥਾਂ ਦੀ ਆਪੋ ਆਪਣੀ ਖਾਸੀਅਤ ਹੈ ਇਹਨਾਂ ਨੇ ਇਹ ਚੀਜ਼ਾਂ ਛੇੜੀਆਂ ਨਹੀਂ ਆਪਣੇ ਉੱਥੇ ਪੰਜਾਬ ਦੇ ਵਿੱਚ ਇਹ ਰਿਵਾਜ਼ ਵੀ ਪੱਧਰਾ ਕਰ ਦਿਓ ਹੈਂ ਪੱਧਰਾ ਕਰ ਦਿਓ ਐਂ ਚੋ ਰੁੱਖ ਵੀ ਨਹੀਂ ਛੱਡੇ ਸਾਡੇ ਬਜ਼ੁਰਗਾਂ ਨੇ ਹੌਲੀ ਹੌਲੀ ਜਾਂਚ ਆਉਂਦੀ ਹੈ ਅਤੇ ਸਮੇਂ ਦੇ ਹਿਸਾਬ ਨਾਲ ਜਿਹੜਾ ਬੰਦਾ ਬਦਲ ਜੇ ਚੰਗੀ ਗੱਲ ਹੈ ਬਟ ਇੰਨਾ ਨਹੀਂ ਬਦਲਣਾ ਚਾਹੀਦਾ ਵੀ ਤੁਸੀਂ ਭੈਣ ਰੁੱਖ ਵੀ ਪੱਟ ਦਿਓ ਕਿਉਂ ਜੀ ਸਾਡੇ ਬਜ਼ੁਰਗਾਂ ਨੇ ਇੱਕ ਹੋ ਜਾਵੇ ਢੱਕ ਸਾਰਾ ਜਿਹੜਾ ਇੱਕ ਅੱਧਾ ਰੁੱਖ ਸੀ ਉਹ ਵੀ ਪੱਟਤਾ ਅਤੇ ਹੁਣ ਜਦੋਂ ਗਰਮੀ ਲੱਗਦੀ ਹੈ ਤਾਂ ਫਿਰ ਆਉਂਦੇ ਨੇ ਗਰਮੀ ਬੜੀ ਹੋ ਗਈ ਹੈ ਹਾਂ ਸਰਦਾਰ ਸਾਹਿਬ ਪਹੁੰਚੇ ਹੋਏ ਨੇ ਆ ਫਿਰ ਤਾਂ ਕਾਲੀਆਂ ਇਹਨਾਂ ਕਾਲਾ ਕੇ ਕਹਿੰਦਾ ਗੱਡੀ ਬਾਹਰ ਲਾਓ ਧੱਕਾ ਵਾ ਜਿਵੇਂ ਕਰੀ ਜਾਂਦਾ ਹੈ ਕੋਈ ਕਦਰ ਨਹੀਂ ਭੈਣ ਜੋ ਬੰਦੇ ਆਏ ਨੇ ਉਂਗਲ ਕਰਤੀ ਸੀ ਕਹਿੰਦਾ ਇੱਧਰ ਲਾ ਦਿਓ ਗੱਡੀ ਚਾਹ ਨਹੀਂ ਕੋਈ ਪਾਣੀ ਨਹੀਂ ਧਾਣੀ ਨਹੀਂ ਗੱਲ ਬਣਦੀ ਯਾਰ ਆਫਟਰ ਦੇ ਗੋ ਸਵੇਸ ਫਸਟ ਯਪ ਯਾ ਮੇਕ ਸ਼ੋਰ ਇਟ ਸ਼ਟ ਅਦਰਵਾਈਜ਼ ਫਲਿਪ ਹਿਟ ਦਾ ਕਾਰ ਯੂ ਇਨ ਟ੍ਰਬਲ ਓਕੇ ਸੋ ਵੀ ਸੋ ਵੈਨ ਯੂ ਕਮ ਬੈਕ When you come I'll pick you up. So when we finish, I will let you know. I will pick you up. ਲੋ ਜੀ ਸਰਦਾਰ ਸਾਹਿਬ ਮਿਲ ਗਏ ਨੇ ਟਰੱਕ 'ਚ ਅਸੀਂ ਬਹਿ ਗਏ ਹਾਂ ਅੱਜ ਵਿੱਕੀ ਬੱਸ ਡਰਾਈਵਰ ਹੈ ਅਤੇ ਅੱਜ ਇੱਥੋਂ ਪੂਰਾ ਕੰਮ ਲਿਆ ਜਾ ਰਿਹਾ ਡਰਾਈਵਿੰਗ ਦਾ ਅਤੇ ਹੁਣ ਅਸੀਂ ਚੱਲੇ ਹਾਂ ਸਮਾਨ ਸ਼ਿਫਟ ਕਰ ਚਲਾ ਗਏ ਨਾ ਚਲਾ ਲਊਗਾ ਚਲਾਉਣ ਨੂੰ ਕੀ ਇਹਨੂੰ ਸਿੰਪਲ ਤਾਂ ਇਸ ਚੀਜ਼ ਹੈ ਅਗਲਾ ਬੱਸ ਚਲਾ ਕੇ ਆਉਂਦਾ ਹੁਣ ਕਿੰਨੀ ਲੰਮੀ ਹੈ ਟਨਲ ਅੱਧਾ ਕਿਲੋਮੀਟਰ ਕਿਲੋਮੀਟਰ ਦੀ ਅੱਛਾ 1.5-2 ਕਿਲੋਮੀਟਰ ਦੀ ਹੈ ਉੱਤੋਂ ਵੀ ਲੰਘਦਾ ਇਹਦੇ ਰੋਡ ਉੱਤੋਂ ਕੀ ਲੰਘਦਾ ਅੱਛਾ ਵਿੱਕੀ ਨੇ ਇੱਥੇ ਗੱਡੀ ਚਲਾਈ ਹੈ ਬਹੁਤ ਚਿਰ ਬਟ ਹੁਣ 2 ਸਾਲ ਬਾਅਦ ਆਏ ਇੱਥੇ
ਤੂੰ ਫੇਰ ਉਹਨੂੰ ਰਾਈਟ ਲੈਫਟ ਨਹੀਂ ਦੱਸਦਾ ਹੱਥ ਮਾਰਦਾ ਉਹਨੂੰ ਪਤਾ ਹੈ ਸੰਦੀਪ ਦਾ ਪੁਰਾਣਾ ਘਰ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਟਰੱਕ ਲਾ ਤਾ ਇੱਥੇ ਬੈਕ ਕਰਕੇ ਵਿੱਕੀ ਨੇ ਸ਼ੋਰ ਨੇ ਬਹੁਤ ਸਾਰਾ ਕੰਮ ਕਰ ਰੱਖਿਆ ਸੀ ਸਟੋਰੇਜ ਕਿੰਗ ਚੋਂ ਹੀ ਇਹਨੂੰ ਆਪਣੇ ਗੱਤੇ ਮਿਲ ਗਏ ਨੇ ਫਾਇਦਾ ਹੋ ਗਿਆ ਲੱਗਣ ਦਾ ਇਹਨੂੰ ਤੇ ਬੱਸ ਵੀ ਮਿਲ ਗਈ ਇਹਨੂੰ ਆਪਣੇ ਉੱਥੇ ਇਹ ਸ਼ੋਰ ਦਾ ਸਮਾਨ ਹੈ ਇੰਨਾ ਕੁ ਸਮਾਨ ਇੱਥੇ ਹੈ ਹੁਣ ਤੱਕ ਇੰਨਾ ਸਮਾਨ ਲੱਦਿਆ ਗਿਆ ਲਿਆਓ ਵੀ ਲਓ ਜੀ ਸਾਰਾ ਹੁਣ ਆਹ ਘਰ ਦਾ ਸਮਾਨ ਚੁੱਕ ਲਿਆ ਕਹਿ ਦੇ ਅਲਵਿਦਾ ਆਪਣੇ ਘਰ ਨੂੰ ਹੁਣ ਇਸ ਨੂੰ ਕਿੰਨੇ ਸਾਲ ਰਿਹਾ ਇੱਥੇ ਡੇਢ ਸਾਲ ਸੋਹਣਾ ਘਰ ਬਣਿਆ ਵੈਸੇ ਬਟ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਹੈ ਕਿੱਥੇ ਕਿੱਥੇ ਮੱਥਾ ਟੇਕ ਪਰਲਾ ਪਰਲਾ ਖੋਲਣਾ ਚੱਲ ਖੋਲਦਾ ਪਰਲਾ ਇੱਥੋਂ ਖੋਲ ਲਿਆ ਕਰਨਾ ਥੱਲੋਂ ਸੇਫਟੀ ਫਸਟ ਚਲੋ ਇੱਥੇ ਰੱਖਣਾ ਨਹੀਂ ਫਾਇਦਾ ਟੱਕੀ ਆ ਇੱਥੋਂ ਘਰ ਲੱਗੇ ਤੇਰਾ ਹਾਂ ਪਤਾ ਨਹੀਂ ਦਾਦੀ ਮਾਮੀ ਨੂੰ ਹਰੇ ਲੱਗਣਾ ਇੱਥੇ ਸਹੀ ਨਹੀਂ ਪਹੁੰਚਿਆ ਕੋਈ ਮੁੜ ਕੇ ਆ ਕਿ ਨਹੀਂ ਵੀ ਹੈ ਤੂੰ ਚਿੱਟੀ ਗੱਡੀ ਖੜੀ ਉਹਨਾਂ ਦਾ ਅੱਗੋਂ ਮੁੜਨਾ ਬਸ ਸਿੱਖ ਉਹ ਚਿੱਟੀ ਗੱਡੀ ਖੜੀ ਉਹਨਾਂ ਦਾ ਅੱਗੋਂ ਮੁੜਨਾ ਹਾਂ ਚਿੱਟੀ ਗੱਡੀ ਦੇ ਅੱਗੋਂ ਮੁੜਨਾ ਕਿੱਡੀ ਚੜ੍ਹਾਈ ਅੱਗ ਹੁਣ ਸਾਰੀ ਇਹ ਛੋਰੇ ਦਾ ਕਮਰਾ ਉੱਤੇ ਰਸੋਈ ਆਉਂਦਾ ਤੇ ਇਹ ਥੋੜ੍ਹਾ ਜਿਹਾ ਗਾਰਡਨ ਆ ਪਿੱਛੇ ਦਿਸ ਇਜ਼ ਗੁੱਡ ਕਮਰੇ ਛੋਟੇ ਆ ਹੁਣ ਜੇ ਵਧੀਆ ਵੀ ਦੋਨਾਂ ਪਾਸੇ ਬਾਹਰ ਨਿਕਲਣ ਦੀ ਥਾਂ ਵਾ ਛੋਰੇ ਕਾ ਇੱਕ ਰੂਮ ਆਹ ਵਾ ਇੱਥੇ ਵੀਡੀਓ ਬਣਾ ਲਈ ਕੋਈ ਚੱਕਰ ਤਾਂ ਨਹੀਂ ਇੱਕ ਸਮਾਨ ਸੰਦੀਪ ਦਾ ਚੁੱਕ ਲਿਆ ਅਤੇ ਦੂਜਾ ਸਮਾਨ ਲੈਣ ਚੱਲੇ ਹੁਣ ਹੋਰ ਸਮਾਨ ਇਹ ਵਿੱਕੀ ਮਝੈਲੀਏ
ਐਵੇਂ ਸਟੋਰੇਜ ਯੂਨਿਟਾਂ ਬਣੀਆਂ ਨੇ ਸਮਾਨ ਸਮੂਨ ਰੱਖਣ ਦਾ। ਸਮਾਉਣਾ ਕੁਰਸੀਆਂ ਦੇਖ ਮੁੰਡੇ ਨੇ ਕਿੱਡੇ ਘੰਟ ਰੱਖੀਆਂ ਨੇ ਤੇਰੀ ਨਿਗਾਹ ਨੀ ਪਈ। ਹਾਂ ਦੋ ਆਪਾਂ ਮਿੰਟ ਲੈ ਆਈਆਂ ਇਹ ਛੋਲੇ ਕਾ ਸਮਾਨ ਆ ਸਿੱਧਾ ਗੱਲ ਆ ਪੁੱਠੇ ਤੁਰਿਆ ਉਹਨੇ ਉੱਥੇ ਮੋੜਦੇ ਉੱਥੇ ਥੋੜਾ ਸਮਾਨ ਇਹ ਆ ਕੁਛ ਸਮਾਨ ਫਿਰ ਲੈ ਕੇ ਜਾਣਾ ਲੈ ਭੁੱਖ ਬਹੁਤ ਲੱਗੀ ਸੀ ਅਜੇ ਸਰਦਾਰ ਕਹਿੰਦੇ ਇੱਕ ਗੇੜਾ ਹੋਰ ਹੈ ਅਤੇ ਬਣੇ ਬਣੇ ਪਰੌਂਠੇ ਪਰੌਂਠਿਆਂ ਦੀ ਖੁਸ਼ਬੂ ਤਾਂ ਆ ਰਹੀ ਹੈ ਮਿਕਸ ਪਰੌਂਠੇ ਅਤੇ ਹੋਰ ਵੀ ਔਕਲੈਂਡ 'ਚ ਸ਼ੁਭ ਦੀ ਦੁਕਾਨ ਹੈ ਜਲੇਬੀਆਂ ਵੇਖ ਕੇ ਅਤੇ ਚਾਹ ਚੜ੍ਹ ਗਿਆ ਕਮਾਲ ਹੋ ਗਿਆ ਭੁੱਖ ਬਹੁਤ ਲੱਗੀ ਹੈ ਰੋਟੀ ਦਾ ਟਾਈਮ ਹੋ ਗਿਆ ਵਿੱਕੀ ਵੀਰ ਨੇ ਸੈੱਟ ਕੀਤਾ ਸਾਰਾ ਵਿੱਕੀ ਦੀ ਅੱਜ ਦਿਮਾਗ ਬਹੁਤ ਕੰਮ ਕੀਤਾ ਇਹ ਇਕੱਲਾ ਡਰਾਈਵਰ ਨਹੀਂ ਹੈਗਾ ਫਿਲਹਾਲ ਇੰਨਾ ਕੁ ਸੈੱਟ ਹੋਇਆ ਕੰਮ ਅਤੇ ਹੁਣ ਰੋਟੀ ਖਾਣ ਲੱਗੇ ਆ ਅਤੇ ਦਿਸ ਇਜ਼ ਆਊਟਰ ਏਰੀਆ ਸੋਹਣਾ ਥੋੜ੍ਹਾ ਮੇਨਟੇਨ ਕਰਨਾ ਪਊਗਾ ਵਿਊ ਬਹੁਤ ਸੋਹਣਾ ਸਾਹਮਣੇ ਵੀ ਕਸ਼ਹਿਰੇ ਟੰਗੇ ਨੇ ਕੋਈ ਸਿੱਖ ਭਰਾ ਰਹਿੰਦਾ ਇੱਧਰ ਕਸ਼ਹਿਰੇ ਬਾਹਰ ਦਾ ਵਿਊ ਸੋਹਣਾ ਚਾਰੇ ਪਾਸੇ ਹੁਣ ਖਾਣ ਲੱਗੇ ਰੋਟੀ ਨਾਲ ਮੈਂਟਰਨ ਗੰਦਾ ਵੀ ਮੁੰਡੇ ਦਾ ਘਰ ਸੈੱਟ ਕਰਤਾ ਸੰਦੀਪ ਸਿੰਘ ਦਾ ਇੱਕ ਬੈਡਰੂਮ ਇਹ ਬਣ ਗਿਆ ਦਿਸ ਵਨ ਐਂਡ ਭੱਜਦਾ ਕਿਉਂ ਹੈ ਨਹੀਂ ਤੈਨੂੰ ਦੁਬਾਰਾ ਰਿਸ਼ਤਾ ਹੁੰਦਾ ਹੁਣ ਪਹਿਲੀ ਵਾਰ ਤਾਂ ਮਸੇ ਹੋਏ ਨੇ ਤੁਹਾਨੂੰ ਰਿਸ਼ਤਾ ਇੱਕ ਰੂਮ ਇਹ ਬਣ ਗਿਆ ਐਂਡ ਵਨ ਰੂਮ ਇਸ ਦਿਸ ਮੌਸਮ ਸੋਹਣਾ ਸੁਹਾਵਣਾ ਹੋ ਗਿਆ ਇਹ ਇੱਧਰ ਬਾਥਰੂਮ ਆ ਟੋਇਲਟ ਹੈ ਇਹ ਇੱਕ ਸਟੋਰੇਜ ਯੂਨਿਟ ਹੈ ਛੋਟਾ ਜਿਹਾ ਪੌੜੀਆਂ ਦੇ ਥੱਲੇ ਆ ਇੱਥੇ ਕੱਪੜੇ ਧੋਣ ਵਾਲਾ ਸਿਸਟਮ ਆ ਉਹ ਨਾਲ ਗਰਾਜ ਆ ਆ ਉੱਤੇ ਪੌੜੀਆਂ ਚੜ੍ਹ ਕੇ ਉੱਤੇ ਵੀ ਸੋਹਣਾ ਬਣਿਆ ਹੋਇਆ ਥੱਲੇ ਤਿੰਨ ਬੈੱਡਰੂਮ ਨੇ ਅਤੇ ਪੌੜੀਆਂ ਚੜ੍ਹ ਕੇ ਇੱਧਰ ਵੀ ਇੱਕ ਟੋਇਲਟ ਹੈ ਇੱਧਰੋਂ ਵੀ ਬਾਹਰ ਦਾ ਵਿਊ ਸੋਹਣਾ ਦਿਸਦਾ ਪਹਾੜੀਆਂ ਇੱਕ ਇਹ ਸ਼ਾਵਰ ਟੱਬ ਹੈ ਅਤੇ ਸਟੈਂਡਿੰਗ ਸ਼ਾਵਰ ਹੈ ਇਹ ਓਪਨ ਰਸੋਈ ਹੈ ਫਰਿੱਜ ਲਾਤੀ ਹੈ ਓਵਨ ਲਾਤਾ ਹੈ ਇੱਧਰ ਹੁਣ ਤੱਕ ਇਹ ਕੰਮ ਹੋ ਗਿਆ ਅਤੇ ਆਹ ਚੀਜ਼ ਬੜੀ ਇੰਪ੍ਰੈਸਿਵ ਹੈ ਇਹਦੇ ਨਾਲ ਘਰ ਦੀ ਜਿਹੜੀ ਸ਼ੋਅ ਆ ਹੋਰ ਵੱਧ ਜਾਂਦੀ ਹੈ ਅਤੇ ਆਹ ਚੀਜ਼ ਬਾਹਰ ਬੈਠਣ ਨੂੰ ਬਹੁਤ ਸੋਹਣਾ ਹੈ ਵੀ ਸਾਰਾ ਰੰਗ ਕਰਦੇ ਨੇ ਪਰ ਜੇ ਕੁਰਸੀਆਂ ਨੂੰ ਵੀ ਕਰਦੇ ਹਾਂ ਤਾਂ ਵਧੀਆ ਹੁੰਦਾ ਸੋ ਦੀਸ ਆਰ ਦੀ ਟੇਬਲ ਚੇਅਰਸ ਬਾਰ ਚੇਅਰਸ ਆਲਮੋਸਟ ਇਟ ਇਜ਼ ਗੁੱਡ ਮੌਸਮ ਸੋਹਣਾ ਹੋ ਗਿਆ ਅਤੇ ਬਸ ਘਾਹ ਦਾ ਕੰਮ ਰਹਿ ਗਿਆ ਹੁਣ ਭਰਾ ਵੀ ਕਰ ਲਏਗਾ ਘਰ ਸੋਹਣਾ ਬਣਿਆ ਹੋਇਆ ਹਮਿਲਟਨ ਦੇ ਘਰ ਦੇ ਮੁਕਾਬਲੇ ਰੂਪੀ ਭੈਣ ਦਾ ਜਿਹੜਾ ਘਰ ਹੈ ਪੀਤੂ ਦਾ ਉਹਦੇ ਨਾਲ ਛੋਟਾ ਬਟ ਇਟਸ ਗੁੱਡ ਵੀ ਇੱਥੋਂ ਕੰਮ ਸ਼ੁਰੂ ਕੀਤਾ ਸੀ ਸਵੇਰੇ
ਤੇ ਹੁਣ ਇੱਥੇ ਮੁਕਾਤਾ ਤੇ ਹੁਣ ਅਸੀਂ ਚੱਲੇ ਆਪੋ ਆਪਣੇ ਘਰ ਟਰੱਕ ਲਾਤਾ ਇੱਥੇ ਸਰਦਾਰ ਸਾਹਿਬ ਦਾ ਘਰ ਸ਼ਿਫਟ ਕਰਾਤਾ।